ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲੇ ਧੂੰਏ ਅਤੇ ਪ੍ਰਦੂਸ਼ਣ ਨਾਲ ਨਿਪਟਣ ਲਈ ਪੰਜਾਬ ਅਤੇ ਹਰਿਆਣਾ ਸਣੇ ਕਈ ਸੂਬਿਆਂ ਦੀਆਂ ਸਰਕਾਰਾਂ ਜੱਦੋਜਹਿਦ ਕਰਦੀਆਂ ਹਨ। ਪਰਾਲੀ ਦਾ ਸਹੀ ਢੰਗ ਨਾਲ ਜੇਕਰ ਨਿਪਟਾਰਾ ਨਾ ਕੀਤਾ ਜਾਵੇ ਤਾਂ ਕਿਸਾਨਾਂ ਨੂੰ ਜੁਰਮਾਨਾ ਵੀ ਭਰਨਾ ਪੈਂਦਾ। ਅਜਿਹੇ ਵਿੱਚ ਕਿਸਾਨਾਂ ਨੂੰ ਹੋਰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਪਰ ਹੁਣ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸੈਮਸਨ ਪੇਪਰ ਮਿਲ ਨੇ ਇਸ ਸਮੱਸਿਆ ਦਾ ਅਜਿਹਾ ਹੱਲ ਕੱਢਿਆ ਜਿਸ ਨਾਲ ਪਰਾਲੀ ਦੀ ਵਰਤੋਂ ਵੀ ਹੋਵੇਗੀ ਅਤੇ ਕਿਸਾਨਾਂ ਨੂੰ ਮੁਨਾਫਾ ਵੀ। ਇਹ ਮਿਲ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਬਿਜਲੀ ਪੈਦਾ ਕਰ ਰਹੀ ਹੈ। ਗਜਰਾਜ ਸਿੰਘ ਚੌਹਾਨ ਮਿਲ ਵਿੱਚ ਓਪਰੇਸ਼ਨਲ ਇੰਜੀਨੀਅਰ ਹਨ। ਉਹ ਪਰਾਲੀ ਤੋਂ ਬਿਜਲੀ ਬਣਾਉਣ ਦੀ ਪੂਰੀ ਪ੍ਰਕਿਰਿਆ ਦੱਸ ਪਰਾਲੀ ਮੇਂ ਕੰਬਕਸ਼ਨ ਹੋਤਾ ਹੈ ਤੋ ਸਟੀਮ ਜਨਰੇਟ ਹੋਤੀ ਹੈ। ਟੋਟਲ ਹਮ 100 ਟਨ ਸਟੀਮ ਜਨਰੇਟ ਕਰਤੇ ਹੈ ਜਿਸੇ ਹਮ ਡਾਇਰੈਕਟਲੀ इसे हम को जनरेशन प्लांट भी बोल सकते हैं। हम अपने प्लांट में प्रोसेस प्लांट में पेपर प्लांट में हम स्टीम का यूज भी करते हैं और इलेक्ट्रिसिटी जनरेट भी करते हैं। टोटल 10 मेगावाट जनरेट करते हैं हम। तो जब ये स्टीम हमारी टोटली एवापोरेट होकर हमारी टर्बाइन पर जाती है, टर्बाइन में काइनेटिक एनर्जी यूज होती है। काइनेटिक एनर्जी ये बोले दो आपका रोटेशनल एनर्जी जो टर्बाइन को मूव करती है करीब 8500 RPM, मतलब एक मिनट में 8500 RPM घूमता है टर्बाइन जो डायरेक्टली कनेक्ट होता है हमारा गियरबॉक्स से और गियरबॉक्स हमारा कनेक्ट होता है डायरेक्ट अल्टरनेटर से इलेक्ट्रिसिटी प्रोड्यूस होती है। उधर मिल दे वाइस प्रेसिडेंट इस दे उत्पादन बारे दस रहे हैं। हमारा बिजली प्लांट पहले शुरू हो गया था 2008 से, लेकिन ये पुराली से जो बिजली बनाना शुरू किया 2014 से। 2014 में हम स्पेशल एक बॉयलर इंस्टॉल किया जो बॉयलर पुराली को जलाने के लिए सक्षम है तो अच्छा तरीका से हैंडल हो सकता। पिछले साल भी हम 140,000 टन पुराली कलेक्शन किया था एवं सक्सेसफुली उसको यूटिलाइज भी किया। इस साल हमारा 150,000 का टारगेट है। हमारा प्लांट का जो पावर बनाने का कैपेसिटी है 8 मेगावाट। 8 मेगावाट का मतलब है 8000 किलोवाट पर घंटा में बिजली बनता है। तो हमारा प्लांट का रिक्वायरमेंट 7000-7500 है ही, तो हम इसमें कोई सेल नहीं करता, हम खुद का कंजम्पशन के लिए यूज़ करता हूँ। ਮਿਲ ਤੋਂ ਪਰਾਲੀ ਵੇਚਣ ਵਾਲੇ ਕਿਸਾਨ ਅਤੇ ਠੇਕੇਦਾਰ ਵੀ ਇਸ ਤੋਂ ਖੁਸ਼ ਨਜ਼ਰ ਆ ਰਹੇ ਹਨ। ਪਿਛਲੇ 8-10 ਸਾਲ ਸੇ ਹਮ ਇਹ ਪਰਾਲੀ ਬੇਲ ਬਣਾਉਣੇ ਕਾ ਕੰਮ ਕਰ ਰਹੇ ਹੈ ਔਰ ਪ੍ਰਤੀ ਏਕੜ ਲਗਭਗ 20 ਕੁਇੰਟਲ ਨਿਕਲ ਜਾਤੀ ਹੈ ਬੇਲ। ਤੋ ਅੱਜ ਕੇ ਟਾਈਮ ਮੇਂ ਸੈਮਸਨ ਪੇਪਰ ਇੰਡਸਟਰੀ 175 ਰੁਪਏ ਕੁਇੰਟਲ ਪਰਚੇਜ ਕਰ ਰਹੀ ਹੈ ਤਾਂ ਲਗਭਗ 3-4000 ਰੁਪਏ ਕਾ ਮੁਨਾਫਾ ਹੋਤਾ ਹੈ। ਪ੍ਰਤੀ ਏਕੜ ਲਗਭਗ 4000 ਰੁਪਏ ਕੀ ਵਿਕ ਜਾਤੀ ਹੈ ਔਰ 1000 ਰੁਪਏ ਗੌਰਮੈਂਟ ਪ੍ਰਤੀ ਏਕੜ ਸਬਸਿਡੀ ਕੇ ਤੌਰ ਪਰ ਜਾਂ ਆਗ ਨਾ ਲਗਾਏ ਉਸ ਲਈ ਪ੍ਰੋਤਸਾਹਨ ਰਾਸ਼ੀ ਕੇ ਤੌਰ ਪਰ ਦੇ ਦਿੱਤੀ ਹੈ। ਲਗਭਗ 4-5 ਹਜ਼ਾਰ ਪ੍ਰਤੀ ਏਕੜ ਕਾ ਮੁਨਾਫਾ ਹੈ। ਪਹਿਲੇ ਸੰਸਾਧਨ ਨਹੀਂ ਹੁੰਦੇ ਸੀ, ਹੁਣ ਸੰਸਾਧਨਾਂ ਦਾ ਬੜਾ ਜ਼ੋਰ ਹੈ। ਸਰਕਾਰਾਂ ਦੀ ਤਰਫ ਤੋਂ ਹੈਲਪ ਤਾਂ ਮਿਲਦੀ ਆ, ਸੰਸਾਧਨ ਆਏ ਹੋਏ ਨੇ। ਅਤੇ ਮੈਂ ਵੀ ਕਈ ਸਾਲ ਤੋਂ ਪਰਾਲੀ ਜਿਹੜਾ ਖੇਤ ਹੈ ਆਪਣਾ ਖਾਲੀ ਕਰਾਉਂਦਾ, ਸੰਸਾਧਨ ਜਿਹੜੀ ਮਸ਼ੀਨਾਂ ਉਹਨਾਂ ਕੋਲੋਂ, ਅਤੇ ਮਿਲ ਵੀ ਕਈ ਥਾਵਾਂ 'ਤੇ ਮੀਲ ਆ ਗਏ ਨੇ, ਮੀਲ ਵਾਲੇ ਵੀ ਪਰਾਲੀ ਖਰੀਦਦੇ ਨੇ। ਖੇਤੀਬਾੜੀ ਵਿਭਾਗ ਦੇ SDO ਜਿਤੇਂਦਰ ਮਹਿਤਾ ਦੇ ਮੁਤਾਬਕ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪਹਿਲਾਂ ਨਾਲੋਂ ਕਾਫੀ ਕਮੀ ਆਈ ਹੈ ਅਤੇ ਸਰਕਾਰ ਵੀ ਆਪਣੇ ਪੱਧਰ ਉੱਤੇ ਕਿਸਾਨਾਂ ਨੂੰ ਅਜਿਹਾ ਨਾ ਕਰਨ ਲਈ ਸਮੇਂ-ਸਮੇਂ 'ਤੇ ਉਤਸ਼ਾਹਿਤ ਕਰ ਰਹੀ ਹੈ। ਲਾਸਟ ਈਅਰ ਹਮਾਰੇ ਪਾਸ 300 ਕੇਸਿਸ ਥੇ, ਹਰ ਸੈਕਸ ਜੋ ਰਿਪੋਰਟ ਹੋਏ ਥੇ
ਪਰਾਲੀ ਜਲਾਣੇ ਕੇ ਅਬ ਤੱਕ ਇਹ 49 ਹੈ 49 ਔਰ ਮੇਰਾ ਇਹ ਮਾਨਣਾ ਕਿ 70% ਕੇ ਆਸ ਪਾਸ ਫਸਲ ਹਾਰਵੈਸਟ ਵੀ ਹੋ ਚੁੱਕੀ ਹੈ ਚਾਹੇ 1 ਏਕੜ ਹੈ ਚਾਹੇ 2 ਏਕੜ ਹੈ ਚਾਹੇ 10 ਏਕੜ ਹੈ ਜਹਾਂ ਪਰ ਇਸ ਪ੍ਰਕਾਰ ਕੀ ਘਟਨਾ ਹੋਗੀ ਵਹਾਂ ਹਮ ਚਲਾਨ ਕਰੇਂਗੇ ਸਰਕਾਰ ਕੇ ਜੋ ਨਿਯਮ ਹੈ ਉਨਕੀ ਪਾਲਣਾ ਕਰੇਂਗੇ ਔਰ ਕਿਸਾਨ ਜਿਨ ਲੋਕਾਂ ਤੱਕ ਬੇਲਰ ਨਹੀਂ ਪਹੁੰਚਾ ਮੈਂ ਆਪਕੋ ਬਤਾ ਦੂੰ ਕਿ ਹਮਾਰੇ ਪਾਸ 164 ਕਾ ਆਂਕੜਾ ਹੈ ਬੇਲਰ ਕਾ ਔਰ ਏਕਦਮ ਸੇ ਹਰ ਜਗ੍ਹਾ ਬੇਲਰ ਨਹੀਂ ਪਹੁੰਚ ਸਕਤਾ ਇਹ ਸੰਖਿਆ ਉਸਕੇ ਅਨੁਸਾਰ ਕਮ ਹੈ ਮਾਨਤੇ ਹੈ ਕਿ ਬੇਲਰ ਕੀ ਸੰਖਿਆ ਕਮ ਹੈ ਲੇਕਿਨ ਔਰ ਬਹੁਤ ਸਾਰੇ ਸਾਧਨ ਹੈ ਜਿਸਸੇ ਪਰਾਲੀ ਕਾ ਪ੍ਰਬੰਧਨ ਹੋ ਸਕਤਾ ਹੈ ਤੋ ਹਮ ਤੋ ਇਹ ਵੀ ਚਾਹ ਰਹੇ ਹੈ ਕਿ ਕਿਸਾਨ ਇਸਕੋ ਮਿੱਟੀ ਮੇ ਮਿਲਾਏਂਗੇ ਤੋ ਉਸਕੀ ਖਾਦ ਜੋ ਯੂਜ਼ ਕਰਤਾ ਹੈ ਵੋ ਕਮ ਉਸਸੇ ਵੀ ਕਮ ਹੋਗਾ ਜਿਤਨਾ ਅਬ ਤੱਕ ਵੋ ਯੂਜ਼ ਕਰ ਰਹਾ ਹੈ ਦੂਸਰੀ ਉਸਕੀ ਉਪਜਾਊ ਸ਼ਕਤੀ ਬੜੇਗੀ ਕਿਸਾਨ ਖੁਦ ਜਾਣਤਾ ਹੈ